ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਪ੍ਰਵੀਨ ਕੋਮਲ ਅਤੇ ਤੁਸੀਂ ਵੇਖ ਰਹੇ ਹੋ ਗੱਲ ਪੰਜਾਬ ਦੀ ਟੀਵੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਹਟ ਕੇ। ਖਬਰ ਹਟ ਕੇ ਦੇ ਵਿੱਚ ਅੱਜ ਅਸੀਂ ਦੋ ਖਾਸ ਮੁੱਦਿਆਂ ਦੇ ਉੱਤੇ ਗੱਲ ਕਰਾਂਗੇ। ਮੇਰੇ ਨਾਲ ਨੇ ਅੱਜ ਦੀ ਇਸ ਚਰਚਾ ਦੇ ਵਿੱਚ ਨੀਤਿਕਾ ਜੀ। ਨੀਤਿਕਾ ਜੀ ਤੁਹਾਡਾ ਸਵਾਗਤ ਹੈ। ਗੁਰਮੀਤ ਸਿੰਘ ਖਾਲਸਾ ਜੀ, ਖਾਲਸਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ। ਅਤੇ ਦੋਸਤੋ, ਸਾਹਿਬ ਹੱਥ ਵਡਿਆਈਆਂ ਜਿਸ ਭਾਵੇ ਤਿਸ ਦੇ, ਅਤੇ ਜੇ ਕੋਈ ਬੰਦਾ ਸਾਹਿਬ ਦੀਆਂ ਦਿੱਤੀਆਂ ਹੋਈਆਂ ਵਡਿਆਈਆਂ ਨੂੰ, ਵਾਹਿਗੁਰੂ ਦੀਆਂ, ਅਕਾਲ ਪੁਰਖ ਦੀਆਂ ਦਿੱਤੀਆਂ ਹੋਈਆਂ ਵਡਿਆਈਆਂ ਨੂੰ ਨਿਰਮਾਣਤਾ ਨਾਲ ਸਵੀਕਾਰ ਕਰਦੇ ਹੋਏ, ਕਬੂਲ ਕਰਦੇ ਹੋਏ, ਉਹਨਾਂ ਦੀ ਕਦਰ ਨਹੀਂ ਕਰਦਾ, ਉਹਨਾਂ ਵਡਿਆਈਆਂ ਦੀ, ਉਹਨਾਂ ਦਾਤਾਂ ਦੀ, ਅਤੇ ਆਪਣੀ ਮਨਮਤੀ ਕਰਦਾ ਆਪਣੇ ਗਰੂਰ ਦੇ ਵਿੱਚ, ਤਾਂ ਫਿਰ ਉਸ ਬੰਦੇ ਬਾਰੇ ਆਮ ਜਨਤਾ ਕਹਿੰਦੀ ਹੈ ਕਿ ਯਾਰ ਇਹ ਤਾਂ ਨਵਜੋਤ ਸਿੰਘ ਸਿੱਧੂ ਵਾਲੇ ਲੱਛਣਾਂ 'ਤੇ ਉਤਰਿਆ ਆ। ਅਤੇ ਦੋਸਤੋ, ਟੌਪਿਕ ਹੈ ਨਵਜੋਤ ਸਿੰਘ ਸਿੱਧੂ। ਨਵਜੋਤ ਸਿੰਘ ਸਿੱਧੂ ਲਗਭਗ ਉਸੇ ਵੇਲੇ ਤੋਂ ਹੀ ਜਦੋਂ ਦਾ ਪੰਜਾਬ ਸਰਕਾਰ ਬਣੀ ਹੈ ਵਾਦ ਵਿਵਾਦ ਦਾ ਕੇਂਦਰ ਰਿਹਾ, ਕਿਉਂਕਿ ਬੇਸਿਕਲੀ ਜੇ ਦੇਖਿਆ ਜਾਵੇ ਤਾਂ ਨਵਜੋਤ ਸਿੰਘ ਸਿੱਧੂ ਪੈਰਾਸ਼ੂਟ ਰਾਹੀਂ ਕਾਂਗਰਸ ਦੇ ਵਿੱਚ ਉਸਦੀ ਐਂਟਰੀ ਹੋਈ ਹੈ। ਕੁਝ ਸ਼ਰਤਾਂ ਵੀ ਤੈਅ ਹੋਈਆਂ ਹੋਣਗੀਆਂ, ਕੁਝ ਗੱਲਾਂ ਬਾਤਾਂ ਵੀ ਹੋਈਆਂ ਹੋਣਗੀਆਂ, ਕਿਉਂਕਿ ਕਾਂਗਰਸ ਦੀ ਇੰਨੀ ਜ਼ਬਰਦਸਤ ਆਲੋਚਨਾ ਕਰਨ ਤੋਂ ਬਾਅਦ ਜੇ ਕਾਂਗਰਸ ਦੇ ਵਿੱਚ ਜੁਆਇਨ ਕਰਾਇਆ ਗਿਆ ਨਵਜੋਤ ਸਿੰਘ ਸਿੱਧੂ ਨੂੰ, ਤਾਂ ਕਾਂਗਰਸ ਦੀ ਹਾਈਕਮਾਂਡ ਨੇ ਵੀ ਕੁਝ ਸੋਚਿਆ ਹੋਵੇਗਾ। ਸੋ ਨੀਤਿਕਾ ਜੀ, ਨਵਜੋਤ ਸਿੰਘ ਸਿੱਧੂ ਨੇ ਆਪਣਾ ਅਸਤੀਫਾ ਪੰਜਾਬ ਸਰਕਾਰ ਨੂੰ ਸੌਂਪਿਆ। ਸਭ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਟਵਿੱਟਰ ਦੇ ਉੱਤੇ ਰਾਹੁਲ ਗਾਂਧੀ ਨੂੰ ਆਪਣਾ ਅਸਤੀਫਾ ਭੇਜਿਆ, ਜਿਹਦੀ ਕਾਫੀ ਆਲੋਚਨਾ ਹੋਈ, ਕਾਫੀ ਵਾਦ ਵਿਵਾਦ ਦਾ ਕੇਂਦਰ ਰਿਹਾ। ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਆਪਣਾ ਅਸਤੀਫਾ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਦੇ ਦਿੱਤਾ। ਅਮਰਿੰਦਰ ਸਿੰਘ ਹੋਰ ਨੇ ਜਿਹੜੇ ਕਿ ਦਿੱਲੀ ਸੀਗੇ ਮੀਟਿੰਗ ਦੇ ਵਿੱਚ, ਉਹਨਾਂ ਨੇ ਕਿਹਾ ਕਿ ਮੈਂ ਤਾਂ ਹਾਲੇ ਵੇਖਿਆ ਨਹੀਂ ਅਤੇ ਜਾ ਕੇ ਵੇਖਾਂਗਾ, ਅਤੇ ਜਾ ਕੇ ਉਹਨਾਂ ਨੇ ਵੇਖ ਵੀ ਲਿੱਤਾ ਅਤੇ ਵੇਖ ਕੇ ਉਹ ਅਸਤੀਫਾ ਰਾਜਪਾਲ ਨੂੰ ਵੀ ਭੇਜ ਦਿੱਤਾ ਅਤੇ ਗਵਰਨਰ ਹੋਰਿਆਂ ਨੇ ਉਹ ਅਸਤੀਫਾ ਮਨਜ਼ੂਰ ਵੀ ਕਰ ਲਿਆ। ਤੁਹਾਡਾ ਕੀ ਕਹਿਣਾ ਇਹਦੇ ਬਾਰੇ? ਮੇਰਾ ਸਰ ਇਹ ਕਹਿਣਾ ਕਿ ਸਭ ਤੋਂ ਪਹਿਲਾਂ ਤਾਂ ਨਵਜੋਤ ਸਿੰਘ ਸਿੱਧੂ ਦੀ ਜੇ ਗੱਲ ਕਰੀਏ ਤਾਂ ਇਹ ਗੇਮ ਕੀ ਖੇਡ ਰਹੇ ਨੇ ਮੈਨੂੰ ਇਹ ਨਹੀਂ ਸਮਝ ਆ ਰਹੀ ਜੀ। ਇਹ ਚਾਹੁੰਦੇ ਕੀ ਨੇ ਜੀ? ਕਦੇ ਇਹ ਸੋਨੇ ਦੀ ਚਿੜੀ ਬਣਾ ਦਿੰਦੇ ਨੇ, ਕਦੇ ਸੋਨੀਆ ਦੀ ਚਿੜੀ। ਬਿਲਕੁਲ ਸਮਝ ਨਹੀਂ ਆ ਰਹੀ ਵੀ ਗੱਲ ਕੀ ਹੋ ਰਹੀ ਆ। ਬਿਲਕੁਲ ਬਿਲਕੁਲ, ਸੋਨੇ ਖੇਡ ਕੀ ਰਹੇ ਨੇ? ਬਿਲਕੁਲ ਬਿਲਕੁਲ ਬਿਲਕੁਲ, ਹਾਂ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ। ਇਹ ਵੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਕਾਂਗਰਸ ਦੀ ਆਲੋਚਨਾ ਕਰਦੇ ਹੋਏ ਪਹਿਲਾਂ, ਕਿ ਪਹਿਲਾਂ ਸੋਨੇ ਦੀ ਚਿੜੀ ਸੀ ਤੇ ਹੁਣ ਸੋਨੀਆ ਦੀ ਚਿੜੀ ਬਣ ਕੇ ਰਹਿ ਗਈ। ਸੋਨੀਆ ਦੀ ਚਿੜੀ ਹੈ। ਬਿਲਕੁਲ, ਡਾਇਲੌਗ ਦੇਖੋ ਜੀ ਜੀ ਬਿਲਕੁਲ, ਕਦੇ ਬੀਜੇਪੀ ਵੱਲ ਹੋ ਜਾਂਦੇ ਨੇ, ਕਦੇ ਕਾਂਗਰਸ ਵੱਲ ਹੋ ਜਾਂਦੇ ਨੇ, ਤੇ ਕਦੇ ਕਾਂਗਰਸ ਨੂੰ ਛੱਡ ਦਿੰਦੇ ਨੇ, ਕਦੇ ਬੀਜੇਪੀ ਨੂੰ ਛੱਡ ਦਿੰਦੇ ਨੇ। ਜੀ ਜੀ, ਇਹਦੇ ਬਾਰੇ ਮੈਂ ਸੋਚਦੀ ਆ ਵੀ ਇਹ ਕਰ ਕੀ ਰਿਹਾ? ਇਹ ਇੱਕ ਜਿਵੇਂ ਕਿ ਕਾਮੇਡੀ ਸ਼ੋਅ ਦਾ ਜੱਜ ਜਿਵੇਂ ਅਕਸਰ ਰਹਿੰਦਾ ਹੈ ਰਿਐਲਿਟੀ ਸ਼ੋਅਸ ਦੇ ਵਿੱਚ, ਤਾਂ ਇਹ ਸੋਚਦਾ ਵੀ ਹਰ ਪਾਸੇ ਕਾਮੇਡੀ ਹੋ ਰਹੀ ਆ ਜੀ। ਮਿੰਟ ਬਾਅਦ ਦੀ ਜੱਜਮੈਂਟ ਕਿਸੇ ਨਾ ਕਿਸੇ ਤਰੀਕੇ ਦੀ ਦੇ ਦਿੰਦੇ ਨੇ, ਕਦੀ ਅਸਤੀਫਾ ਦੇਤਾ ਜੀ, ਕਦੇ ਬੀਜੇਪੀ ਚ ਚਲੇ ਗਏ, ਕਦੇ ਕਾਂਗਰਸ ਚ ਚਲੇ ਗਏ। ਮੈਨੂੰ ਸਮਝ ਨਹੀਂ ਆ ਰਹੀ, ਇਹ ਤਾਂ ਖਿੱਦੋ ਖੁੰਡੀ ਵਰਗੀ, ਜਿਵੇਂ ਕਹਿੰਦੇ ਨੇ ਕਿ ਗੇਂਦ ਹੁੰਦੀ ਹੈ ਰੁੜ ਕੇ ਕਦੀ ਇੱਧਰ ਵੱਗ ਗਈ ਕਦੀ ਉੱਧਰ ਵੱਗ ਗਈ। ਬਿਲਕੁਲ ਬਿਲਕੁਲ ਬਿਲਕੁਲ, ਟਵਿਸਟਰ ਟਵਿਸਟ, ਜਿਹੜੀ ਗੇਂਦ ਜਿਵੇਂ ਫਿਰਕੀ ਲੈਂਦੀ ਹੈ ਨਾ, ਉਸ ਤਰ੍ਹਾਂ ਜਿਹੜੀ ਕ੍ਰਿਕਟ ਦੀ ਭਾਸ਼ਾ 'ਚ ਗੱਲ ਕਰੀ ਤਾਂ ਫਿਰਕੀ ਬੜੀ ਲੈ ਰਹੇ ਨੇ ਸਿੱਧੂ ਸਾਹਿਬ 'ਤੇ। ਜਿਹੜੀ ਖਿੱਦੋ ਖੁੰਡੀ ਦੀ ਤੁਸੀਂ ਗੱਲ ਕਰ ਲਈ, ਬਾਬਾ ਜੀ ਤੁਸੀਂ ਵੀ ਪੇਂਡੂ ਪਿਛੋਕੜ ਨਾਲ ਜੁੜੇ ਹੋਏ ਹੋ, ਪਿੰਡਾਂ ਦੇ ਵਿੱਚ ਜਿਹੜੇ ਜਵਾਕ ਹੁੰਦੇ ਸੀਗੇ, ਜਿਹੜੇ ਬੱਚੇ ਹੁੰਦੇ ਸੀ, ਇਹ ਕੀ ਕਰਦੇ ਕਿ ਇੱਕ ਦਰਖਤ ਤੋਂ ਇੱਕ ਐਂ ਜੇ ਟੇਢੀ ਜਿਹੀ ਲੱਕੜ ਜੀ, ਜਿਹੜੀ ਕਿ ਹਾਕੀ ਟਾਈਪ ਦੀ ਹੁੰਦੀ ਸੀ, ਉਹ ਤੋੜ ਲੈਂਦੇ, ਸਾਰੇ ਆਪੋ ਆਪਣੀ ਬਣਾ ਲੈਂਦੇ। ਉਸ ਤੋਂ ਬਾਅਦ ਲੀਰਾਂ ਦੀ ਜਿਹੜੀ ਗੇਂਦ ਬਣਾਉਂਦੇ, ਅਤੇ ਕਈ ਵਾਰ ਜਿਹੜੇ ਵਿਗਿਆਨਕ ਜਿਹੜੇ ਥੋੜ੍ਹੇ ਜ਼ਿਆਦਾ ਕਾਢੀ ਹੁੰਦੇ ਸੀ, ਮੇਰੇ ਬਚਪਨ ਦੀ ਗੱਲ ਯਾਦ ਹੈ ਕਿ ਅਸੀਂ ਇੱਕ ਸਾਈਕਲ ਦੀ ਟਿਊਬ ਲੈ ਕੇ ਉਹਦੀਆਂ ਪਤਲੀਆਂ ਪਤਲੀਆਂ ਰਬੜਾਂ ਕੱਟ ਲੈਂਦੇ, ਉਹ ਰਬੜ 'ਤੇ ਰਬੜ, ਰਬੜ 'ਤੇ ਰਬੜ ਚੜ੍ਹਾ ਕੇ ਬੜੀ ਵਧੀਆ ਪੱਕੀ ਗੇਂਦ ਬਣ ਜਾਂਦੀ। ਬਿਲਕੁਲ, ਉਹਨੂੰ ਅਸੀਂ ਕਹਿੰਦੇ ਸੀ ਖਿੱਦੂ, ਯਾਨੀ ਕਿ ਖਿੱਦੋ। ਅਤੇ ਨਵਜੋਤ ਸਿੰਘ ਸਿੱਧੂ ਨੇ ਜਿਹੜੇ, ਇਹ ਵੀ ਅਸੀਂ ਕਹਿ ਦਈਏ ਕਿ ਖਿੱਦੂ ਦਾ, ਖਿੱਦੋ ਦਾ ਹੀ ਰੋਲ ਅਦਾ ਕਰ ਰਹੇ ਨੇ, ਕਿ ਕਦੇ ਫਿਰਕੀ ਲੈ ਕੇ ਖਿੱਦੋ ਵਾਂਗ ਇੱਧਰ, ਅਤੇ ਕਦੇ ਫਿਰਕੀ ਲੈ ਕੇ ਖਿੱਦੋ ਵਾਂਗ ਇੱਧਰ। ਇਹ ਜਿਹੜੇ ਪਾਲਾ ਬਦਲਣ ਦੀ ਜਿਹੜੀ ਕਵਾਇਦ ਆ ਵਾਰ ਵਾਰ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜੀ ਬਿਲਕੁਲ, ਮੈਂ ਇਹ ਦੱਸਣਾ ਚਾਹਾਂਗਾ ਕਿ ਨਵਜੋਤ ਸਿੰਘ ਸਿੱਧੂ ਜਦੋਂ ਤੋਂ ਪੋਲੀਟਿਕਸ ਵਿੱਚ ਆਏ ਨੇ ਜੀ, ਇਸ ਤੋਂ ਪਹਿਲਾਂ ਨਾ ਤੁਸੀਂ ਇਹਨਾਂ ਦੇ, ਆਪਾਂ ਅਗਰ ਪਰਿਵਾਰਕ ਪਿਛੋਕੜ ਨੂੰ ਦੇਖੀਏ, ਇਹਨਾਂ ਦਾ ਸਮਾਜਿਕ ਵਰਤਾਰਾ ਦੇਖੀਏ, ਅਤੇ ਕੋਈ ਐਸਾ ਮੁੱਦਾ ਨਹੀਂ ਮਿਲੇਗਾ ਜਿਹਦਾ 'ਚ ਕਿ ਆਪਾਂ ਬਹਿ ਕੇ ਕੋਈ ਵਿਚਾਰ ਕਰ ਸਕੀਏ। ਭਾਵ ਕਹਿਣ ਦਾ ਇੱਕ ਸਾਫ਼ ਸੁਥਰਾ ਔਰ ਵਧੀਆ ਸੀਗਾ। ਐਸਾ ਕੀ ਗੱਲ ਹੋਈ ਜਿਹੜਾ ਕਿ ਇਹ ਰਾਜਨੀਤੀ 'ਚ ਆ ਕੇ ਅਤੇ ਐਸੇ ਹਾਲਾਤ ਬਣੇ ਨੇ ਕਿ ਆਪ ਜੀ ਨੇ ਜੋ ਅੱਖਰ ਇਸਤੇਮਾਲ ਕੀਤਾ ਖਿੱਦੋ ਦਾ, ਆਪਨੇ ਦੱਸਿਆ ਬਣਾਈ ਕਿਵੇਂ ਜਾਂਦੀ ਹੈ, ਸੋ ਉਹਦਾ ਜੋ ਸਿਸਟਮ ਹੈ ਉਹ ਕਿਉਂ ਹੋਇਆ, ਇਹਦਾ ਬੜਾ ਵੱਡਾ ਸਵਾਲ ਹੈ, ਬਹੁਤ ਵੱਡਾ ਸਵਾਲ ਹੈ। ਦੂਸਰੀ ਗੱਲ, ਆਪਣੀ ਆਪਣੀ ਸਮਝ ਹੈ, ਕੋਈ ਬੰਦਾ ਇਹਨੂੰ ਖਿੱਦੋ ਵਾਂਗਰ ਲੈਂਦਾ ਹੈ, ਕੋਈ ਬੰਦਾ ਸਿਆਣਾ ਫਾਂਗਰ ਲੈਂਦਾ ਹੈ, ਇਹ ਆਪਣੇ ਆਪਣੇ ਵਿਚਾਰ ਹੈ, ਸੋਚ ਹੈ। ਸੋ
ਆਪਾਂ ਹੁਣ ਜਿਵੇਂ ਤੁਸੀਂ ਗੱਲ ਕੀਤੀ ਕਿ ਇੱਕ ਤਾਂ ਪਾਲਾ ਬਦਲਿਆ ਇਹਨਾਂ ਨੇ, ਫਿਰ ਤੁਸੀਂ ਗੱਲ ਕਰਦੇ ਆ ਕਿ ਜੋ ਕੁਛ ਉੱਥੇ ਬੋਲਦੇ ਸੀ ਉਹ ਕੁਛ ਇੱਥੇ ਬੋਲਦੇ ਨੇ, ਇਹ ਵੀ ਕਈ ਸਵਾਲ ਉੱਠਦੇ ਨੇ ਆਪਾਂ ਦੇਖਦੇ ਹਾਂ। ਸੋ ਇੰਝ ਕਿ ਦੂਰ ਦੂਰ ਦੇ ਢੋਲ ਸੁਹਾਵ ਨੇ, ਇਹ ਇੱਕ ਪੁਰਾਣਾ ਇੱਕ ਅਖਾਣ ਹੈ, ਮੁਹਾਵਰਾ ਹੈ, ਜੋ ਬੀਜੇਪੀ ਦੀਆਂ ਪਹਿਲਾਂ ਜੋ ਉਹਨਾਂ ਦੀਆਂ ਪੋਲਿਸੀਜ਼ ਸੀਆਂ ਉਹ ਪੋਲਿਸੀਜ਼ ਸੀਆਂ ਬਹੁਤ ਵਧੀਆ ਲੱਗਦੀਆਂ ਹਰ ਬੰਦੇ ਨੂੰ ਵਧੀਆ ਲੱਗਦੀਆਂ, ਲੇਕਿਨ ਕਿਸੇ ਦੇ ਘਰ ਵੜ ਕੇ ਪਤਾ ਲੱਗਦਾ ਕਿ ਅਸਲੀਅਤ ਕੀ ਹੈ, ਕਿੰਨੇ ਕੁ ਉਹਦੇ 'ਤੇ ਕੰਟਰੋਲ ਹੈ, ਕਿੱਦਾਂ ਕੁ ਉਹਦੇ 'ਤੇ ਕੰਮ ਕਰਨ ਦੀ ਆਜ਼ਾਦੀ ਹੈ, ਬੜੀ ਵੱਡੀ ਗੱਲ ਹੈ। ਸੋ ਉੱਥੇ ਉਹਨਾਂ ਨੂੰ ਜੋ ਬੁਲਾਇਆ ਗਿਆ ਕੀਤਾ ਗਿਆ ਉਸ ਟਾਈਮ ਤਾਂ ਉਹਨਾਂ ਨੇ ਤੁਸੀਂ ਅਖਬਾਰਾਂ ਪੜ੍ਹੀਆਂ ਹੋਣਗੀਆਂ ਕਿ ਉਹਨਾਂ ਨੇ ਉੱਥੇ ਦੱਸਿਆ ਕਿ ਮੈਂ ਇੱਥੇ ਬੜਾ ਖੁਸ਼ ਹਾਂ, ਮੈਂ ਸੋਨੀਆ ਦੇ ਖਿਲਾਫ ਆਹ ਕਰਦਾਂ, ਕਾਂਗਰਸ ਦੇ ਖਿਲਾਫ ਆਹ ਕਰਦਾਂ, ਗੱਲਾਂ ਪ੍ਰੋਪਰ ਹੋਈਆਂ ਨੇ। ਲੇਕਿਨ ਜਦੋਂ ਉਹਨਾਂ ਦੀ ਅਸਲ ਪੋਲਿਸੀ ਨਾਲ ਇਹ ਹੋਏ ਨੇ ਕਿ ਇਹ ਬੰਦਾ ਦੇਖਣ 'ਚ ਬੰਦਾ ਇੱਕ ਲੱਗਦਾ ਪਰ ਇਹਦੇ ਕੰਟਰੋਲ ਕਿਤੋਂ ਬਾਹਰੋਂ ਆ ਰਹੇ ਨੇ, ਭਾਵ ਕਹਿੰਦਾ ਕਿ ਉਹ ਆਜ਼ਾਦੀ ਨਾਲ ਕੰਮ ਨਹੀਂ ਕਰਨ ਪਾ ਰਿਹਾ, ਉਹਨੇ ਕਾਫੀ ਰੌਲਾ ਪਾਇਆ ਕਿ ਮੈਂ ਛੱਡ ਦਿਆਂਗਾ, ਉਹਨੇ ਕਿਹਾ ਛੱਡ ਦੇ, ਉਹ ਛੱਡ ਕੇ ਫਿਰ ਉਹ ਉਹਨਾਂ ਲੱਗਿਆ ਕਾਂਗਰਸ ਵਧੀਆ ਹੈ ਜੀ, ਕਾਂਗਰਸ ਆ ਗਏ, ਠੀਕ ਹੈ ਜੀ। ਹਾਂ ਹੁਣ ਕਾਂਗਰਸ ਆ ਗਏ, ਹਿੰਦੀ ਦੇ ਕਾਇਦੇ ਵਿੱਚ ਉਹ ਸੀਗਾ ਕਿ ਕੋਇਲ ਆ ਪਤਾ ਨਹੀਂ ਬੁਲਬੁਲ ਆ ਬੁਲਬੁਲ ਆ ਫੁਦਕ ਫੁਦਕ ਕਰ ਗੀਤ ਸੁਣਾ, ਆ ਅੰਬੂ ਆ ਕੀ ਡਾਲੀ ਪਰ, ਠੀਕ ਹੈ ਨਾ, ਜਿਵੇਂ ਕੋ ਬੁਲਬੁਲ ਨਹੀਂ ਫੁਦਕ ਕੇ ਕਦੇ ਅੰਬ ਦੀ ਡਾਲੀ ਤੇ ਇੱਧਰ ਬਹਿ ਗਈ, ਕਦੇ ਇੱਧਰ ਬਹਿ ਗਈ, ਕਦੇ ਇੱਧਰ ਗੀਤ ਸੁਣਾਉਣ ਲੱਗ ਜਾਂਦੀ, ਕਦੇ ਇੱਧਰ ਗੀਤ ਸੁਣਾਉਣ, ਇੱਦਾਂ ਦੇ ਗੀਤ ਜਿਹੜੇ ਨੇ ਹਨਾ ਅੰਦਾਜ਼। ਪੇਂਡੂ ਹਿਸਾਬ ਨਾਲ ਗੱਲ ਕਰਾਂ, ਜਿਹੜੀ ਬੁਲਬੁਲ ਫੁਦਕਦੀ ਹੈ ਨਾ ਉਹ ਕੀੜੇ ਖਾਂਦੀ ਹੈ, ਹੈਂਜੀ ਉਹ ਕੀੜੇ ਖਾਂਦੀ, ਕੀੜੇ ਹਾਂ ਠੀਕ ਹੈ, ਉਹ ਫੁਦਕਣ ਦਾ ਮਤਲਬ ਹੁੰਦਾ ਕਿ ਉਹ ਵੇਂਦੀ ਕੂੜਾ ਉੱਡਦਾ ਪਿਆ ਫੁਦਕ ਕੇ ਖਾ ਲੈਂਦੀ। ਹਾਂ ਹੁਣ ਇੱਥੇ ਵੀ ਆਹੀ ਗੱਲ ਹੋਈ ਹੈ, ਬੁਲਬੁਲ ਵਾਲੀ ਗੱਲ ਹੋਈ ਹੈ, ਪਰ ਹੋਈ ਇਸ ਹਿਸਾਬ ਨਾਲ, ਮਤਲਬ ਤੁਹਾਡਾ ਕਹਿਣ ਦਾ ਭਾਵ ਹੈ ਕਿ ਸਿੱਧੂ ਸਾਹਿਬ ਜਿਹੜੇ ਕੀੜੇ ਖਾਣਾ ਚਾਹੁੰਦੇ ਸਨ, ਬਿਲਕੁਲ ਜੀ, ਸਿਆਸੀ ਕੀੜੇ, ਜੋ ਸਿਆਸਤ ਦੇ ਵਿੱਚ ਜੋ ਕੀੜੇ ਨੇ ਜਿਹੜੇ ਚੁੱਭਦੇ ਨੇ ਉਹਨਾਂ ਨੂੰ ਉਸ ਤੋਂ ਉੱਡ ਜਾਂਦੇ ਸਨ। ਹਾਂ ਜੋ ਮੈਂ ਹੁਣ ਤੱਕ ਨਾ ਤਾਂ ਮੈਂ ਸਿੱਧੂ ਜੀ ਦਾ ਕੋਈ ਅਸਿਸਟੈਂਟ ਆ ਨਾ ਮੈਂ ਰਿਸ਼ਤੇਦਾਰ ਹਾਂ, ਲੇਕਿਨ ਮੈਂ ਜਿਸ ਹਿਸਾਬ ਨਾਲ ਅਖਬਾਰ ਪੜ੍ਹਦਾ, ਜਿਸ ਹਿਸਾਬ ਨਾਲ ਮੈਂ ਮੀਡੀਆ ਦੇਖਦਾ, ਉਹਨਾਂ ਦੀ ਜੋ ਉਹਨਾਂ ਬਾਰੇ ਪੜ੍ਹਦਾ, ਉਹਨਾਂ ਦੇ ਪਿਛੋਕੜ ਬਾਰੇ ਪੜ੍ਹਦਾ, ਔਰ ਉਹਨਾਂ ਦੇ ਜਿਸ ਪਰਿਵਾਰ ਨੂੰ ਬਿਲੋਂਗ ਕਰਦੇ ਨੇ, ਕਿਸ ਜਿਸ ਕਾਸਟ ਨੂੰ ਬਿਲੋਂਗ ਕਰਦੇ ਨੇ, ਇਹ ਮੈਂ ਸਭ ਕੁਝ ਦੇਖਦਾ। ਮੈਂ ਸਮਝਦਾ ਕਿ ਐਸੇ ਬੰਦੇ ਰਾਜਨੀਤੀ ਵਾਸਤੇ ਬਣੇ ਹੀ ਨਹੀਂ ਹੈਗੇ, ਬਣੇ ਨਹੀਂ, ਬਿਲਕੁਲ ਨਹੀਂ ਬਣੇ, ਸ਼ਾਰਟ ਟੈਂਪਰ ਬੰਦੇ, ਸ਼ਾਰਟ ਟੈਂਪਰ ਬੰਦੇ, ਸ਼ਾਰਟ ਟੈਂਪਰ ਦੇਖੋ, ਸ਼ਾਰਟ ਟੈਂਪਰ ਕਿੰਨਾ ਕਿ ਇੱਕ ਬਜ਼ੁਰਗ ਸੀਗਾ ਉਹ ਸੜਕ ਤੇ ਖੜਾ ਸੀ, ਗੱਡੀ ਪਿੱਛੇ ਮਾੜਾ ਮੋਟਾ ਹੋ ਗਿਆ, ਤੇ ਸਿੱਧੂ ਨੇ ਸ਼ਾਰਟ ਟੈਂਪਰ ਚ ਇਹੋ ਜਿਹਾ ਘਸੁੰਨ ਮਾਰਿਆ, ਠੀਕ ਹੈ, ਕਿੰਨੇ ਬੇਟ ਦਾ ਬੰਦਾ ਮਾਰਤਾ ਮਾਰਤਾ ਜੀ, ਇਦਾਂ ਦੇ ਸ਼ਾਰਟ ਟੈਂਪਰ ਬੰਦੇ, ਆਪ ਜੀ ਦੀ ਗੱਲ ਬਿਲਕੁਲ ਸਹੀ ਹੈ, ਸ਼ਾਰਟ ਟੈਂਪਰ ਨੇ ਜੀ। ਹੁਣ ਇੱਥੇ ਆ ਕੇ ਕੀ ਹੋਇਆ, ਜਦੋਂ ਕਾਂਗਰਸ ਵਿੱਚ ਆਏ ਤਾਂ ਉਧਰੋਂ ਦੀ ਖਿੱਦੂਆਂ ਬੜੀ ਸਾਰੀਆਂ ਆਉਣ ਲੱਗ ਪਈਆਂ, ਭਾਵ ਉਹਨਾਂ ਦੇ ਕਲੇਮ ਲੱਗਣ ਲੱਗ ਪਏ, ਠੀਕ ਹੈ, ਹੁਣ ਇਹ ਬਣ ਗਏ ਪਲੇਅਰ, ਫਿਰ ਇਹਨਾਂ ਨੂੰ ਪਤਾ ਲੱਗ ਗਿਆ ਕਿ ਬਈ ਆਹ ਅਸਲ ਖੇਡ ਕੀ ਹੈ। ਫਿਰ ਇਹਨਾਂ ਨੇ ਜੋ ਜੋ ਕੰਮ ਕੀਤੇ ਸਨ, ਹੁਣ ਜ਼ਰੂਰੀ ਨਹੀਂ ਹੈਗਾ ਕਿ ਕੋਈ ਬੰਦਾ ਇੱਕ ਕੰਮ ਕਰੇ ਅਤੇ ਦੂਜੇ ਨੂੰ ਕੰਮ ਪਸੰਦ ਆਉਣ, ਬਿਲਕੁਲ ਠੀਕ ਹੈ, ਅਗਰ ਉਹਨਾਂ ਨੇ ਇਹ ਲਾਂਘਾ ਖਿਲਵਾਉਣ ਦੀ ਕੋਸ਼ਿਸ਼ ਕੀਤੀ ਪਾਕਿਸਤਾਨ ਦਾ, ਪੱਕੀ ਗੱਲ ਹੈ ਕਿ ਇਹ ਤਾਂ ਰਾਜਨੀਤੀ ਖੇਡੀ ਜਾਣੀ ਸੀ, ਕਿਉਂਕਿ ਜਿਵੇਂ ਆਪਣਾ ਅਯੋਧਿਆ ਮਾਮਲੇ ਦੇ ਉੱਤੇ ਇਹ ਬਣ ਸਕਦਾ, ਕੋਈ ਵੱਡੀ ਗੱਲ ਨਹੀਂ ਹੈ, ਇਹ ਰਾਈਟ ਬਣਦਾ ਹਿੰਦੂ ਦਾ, ਇਹ ਹਿੰਦੂ ਦਾ ਰਾਈਟ ਬਣਦਾ ਕਿ ਉਹ ਉੱਥੇ ਮੰਦਰ ਬਣਾਏ, ਜਾਂ ਮੁਸਲਮਾਨ ਜੋ ਵੀ ਹੈਗਾ ਉਸ ਇਹਦੇ ਵਾਸਤੇ ਆਪਣੀ ਸੁਪਰੀਮ ਕੋਰਟ ਬੈਠੀ ਹੋਈ ਹੈ, ਕਿਉਂ ਨਹੀਂ ਹੋ ਰਿਹਾ, ਇਹ ਖਿੱਦੋ ਹੈ, ਇਸੇ ਤਰੀਕੇ ਨਾਲ ਆਹ ਸੀ ਨੂੰ ਖਿੱਦੋ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਬੰਦਾ ਸਟੈਂਡ ਲੈ ਗਿਆ, ਤਾਂ ਉਹਦੇ ਕਰਕੇ ਇਹ ਵੀ ਖਿੱਦੋ ਬਣ ਗਿਆ। ਹਾਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਰਾਜਨੀਤੀ ਦੀ ਜਦੋਂ ਗੱਲ ਕਰੀਏ, ਨੀਤੀ ਨਾਲ ਜਿਹੜਾ ਰਾਜ ਚਲਾਇਆ ਜਾਵੇ, ਪੋਲੀਟਿਕਸ ਜਿਹਨੂੰ ਅਸੀਂ ਦੂਜੇ ਸ਼ਬਦਾਂ 'ਚ ਨੀਤਿਕਾ ਜੀ ਕਹਿ ਸਕਦੇ ਹਾਂ ਕਿ ਪੋਲੀਟ੍ਰਿਕਸ ਨੂੰ ਜੇ ਜੋੜ ਲਈਏ, ਬਹੁਤ ਅਜਾਮੀ ਬਹੁਤ ਸਾਰੀਆਂ ਚਲਾਕੀਆਂ, ਅਤੇ ਪੋਲੀਟ੍ਰਿਕਸ ਤੋਂ ਅਸੀਂ ਪੋਲੀਟਿਕਸ 'ਤੇ ਆ ਜਾਂਦੇ ਹਾਂ, ਅਤੇ ਕੀ ਕਾਰਨ ਹੈ ਕਿ ਸਿੱਧੂ ਨੇ ਵੀ ਇੱਕ ਚਲਾਕੀਆਂ ਜੀਆਂ ਖੇਡੀਆਂ, ਜਿਵੇਂ ਕਿ ਜਾ ਕੇ ਕੰਵਰ ਬਾਜਵਾ ਨੂੰ ਜੱਫੀ ਪਾ ਲੈਣੀ, ਉੱਥੇ ਗੋਪਾਲ ਸਿੰਘ ਚਾਵਲਾ ਨਾਲ ਫੋਟੋ ਖਿੱਚਣੀ, ਬਾਅਦ ਵਿੱਚ ਮੁੱਕਰ ਜਾਣਾ ਕਿ ਮੈਂ ਤਾਂ ਕਿਸੇ ਨੂੰ ਜਾਣਦਾ ਹੀ ਨਹੀਂ, ਠੀਕ ਹੈ, ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ, ਇੱਥੋਂ ਤੱਕ ਕਿ ਜਦੋਂ ਦੇਸ਼ ਦੇ ਵਿੱਚ ਕੋਈ ਮੁਸੀਬਤ ਪੈਂਦੀ ਤਾਂ ਸਿੱਧੂ ਨੇ ਹਿੰਦੁਸਤਾਨ ਦਾ ਸਾਥ ਨਹੀਂ ਦਿੱਤਾ, ਸਿੱਧੂ ਨੇ ਪਾਕਿਸਤਾਨ ਦੇ ਸੋਹਲੇ ਗਾਉਣੇ ਜ਼ਿਆਦਾ ਪਸੰਦ ਕੀਤੇ। ਤੁਹਾਡਾ ਕੀ ਕਹਿਣਾ ਇਹਦੇ ਬਾਰੇ? ਮੇਰਾ ਇਹ ਕਹਿਣਾ ਹੈ ਕਿ ਮੈਨੂੰ ਲੱਗਦਾ ਕਿ ਉਸਨੂੰ ਬਹੁਤ ਜ਼ਿਆਦਾ ਸਪੋਰਟ ਮਿਲ ਰਹੀ ਆ, ਉਹ ਇਹ ਚਾਹੁੰਦਾ ਹੈ ਕਿ ਕਲੀਅਰ ਚਿੱਟ ਨਹੀਂ ਹੁੰਦੀ, ਜਿਵੇਂ ਉਹ ਚਾਹੁੰਦਾ ਵੀ ਮੈਂ ਆਪਣੇ ਭਾਰਤੀਆਂ ਦੇ ਦਿਲਾਂ ਦੇ ਵਿੱਚ ਵੀ ਵਸਦਾ ਰਵਾਂ ਤੇ ਮੈਂ ਪਾਕਿਸਤਾਨੀਆਂ ਨਾਲ ਵੀ ਰਿਲੇਸ਼ਨ ਜੋੜ ਕੇ ਰੱਖਾਂ, ਤਾਂ ਕਿ ਸਾਨੂੰ ਅਗਰ ਉਹਨੂੰ ਹੋਰਾਂ ਦਾ ਤਾਂ ਮੈਨੂੰ ਨਹੀਂ ਪਤਾ, ਪਰ ਉਹ ਪਰਸਨਲੀ ਚਾਹੁੰਦਾ ਕਿ ਮੇਰੀ ਪ੍ਰੋਟੈਕਸ਼ਨ ਹਰ ਥਾਂ ਤੇ ਹੋਵੇ, ਹਰ ਥਾਂ ਦੇ ਉੱਤੇ ਹੋਵੇ, ਮਤਲਬ ਕਲੀਅਰ ਚਿੱਟ ਸਾਰੇ ਦੋਨੋਂ ਪਾਸੇ ਮਿਲ ਜਾਏ, ਪਾਸੋਂ ਉਹਨੂੰ ਕਲੀਅਰ ਚਿੱਟ ਮਿਲ ਜਾਏ, ਹੈ ਨਾ, ਮਤਲਬ ਤੁਹਾਡਾ ਦੂਜੇ ਸ਼ਬਦਾਂ ਵਿੱਚ ਦੋਸਤ ਅਸੀਂ ਕਹਿ ਸਕਦੇ ਹਾਂ ਕਿ ਲੱਡੂ ਇੱਧਰ ਵੀ ਹੋਵੇ ਅਤੇ ਲੱਡੂ ਇੱਧਰ ਵੀ ਹੋਵੇ, ਦੋਹਾਂ ਹੱਥਾਂ ਦੇ ਵਿੱਚ ਲੱਡੂ ਚਾਹੁਣ ਦੇ ਜਿਹੜੇ ਮਨਸੂਬੇ ਨੇ ਖਾਲਸਾ ਜੀ, ਕਿ ਇੱਧਰੋਂ ਵੀ ਲੱਡੂ ਮਿਲ ਜਾਏ, ਇੱਧਰੋਂ ਵੀ, ਕਿਤੇ ਕਿੰਨੇ ਵਿਵਾਦਾਂ 'ਚ ਘਿਰਨ ਤੋਂ ਬਾਵਜੂਦ ਵੀ ਉਹ ਕਿੰਨੇ ਆਰਾਮ ਨਾਲ ਨਿਕਲ ਜਾਂਦੇ, ਹਾਂ ਕਿੰਨੇ ਆਰਾਮ ਨਾਲ, ਅਤੇ ਕੀ ਖਿਆਲ ਹੈ ਇਹ ਇੱਦਾਂ ਦੀ ਜਿਹੜੀ ਨੇਚਰ ਹੈ, ਪ੍ਰਵਿਰਤੀ ਹੈ ਦੋਨੋਂ ਪਾਸੇ ਲੱਡੂ ਰੱਖਣ ਦੀ? ਦੇਖੋ ਮੈਂ ਆਪ ਜੀ ਨੂੰ ਪਹਿਲਾਂ ਹੀ ਗੱਲ ਕੀਤੀ ਹੈ ਕਿ ਇਹ ਸ਼ਖਸ ਜੋ ਹੈ ਇਹ ਰਾਜਨੀਤੀ ਨਾਲ ਇਹਦਾ ਕੋਈ ਸੰਬੰਧ ਨਹੀਂ,
मुकाबले मजबूर कर दी है ठीक है। ये स्पोर्ट्समैन स्पिरिट भी मैं अगर मेरा गेम खत्म हो गई तो मैं एंटी पार्टी में बह के चाह पी सकता हाँ। वो मेंटल लेवल उत्थे बनया होया हुण गल इंज हैगी कि जदों आपां किते जांदे आ क्योंकि उहदे फ्रेंड ने बुलाया सी उहनूं पाकिस्तान ਉਹ ਉੱਥੇ ਜਾ ਕੇ ਗਿਆ ਅਤੇ ਜਿਸ ਹਿਸਾਬ ਨਾਲ ਉਹਦੀ ਔ ਭਗਤ ਹੋਈ ਉਸ ਹਿਸਾਬ ਨਾਲ ਉਹ ਉਹਨਾਂ ਨੂੰ ਮਿਲਦਾ ਰਿਹਾ। ਹਾਲਾਂਕਿ ਇਹ ਗੱਲ ਵੀ ਸੱਚੇ ਕਿ ਉਹਨਾਂ ਨੂੰ ਦਿਲੋਂ ਨਹੀਂ ਮਿਲਿਆ ਭਾਵ ਕਹਿਣ ਦਾ ਕਿ ਇਹ ਬੰਦੇ ਬਾਜਵੇ ਨੇ ਇੰਨੇ ਬੰਦੇ ਮਾਰੇ ਨੇ ਆਹ ਕੁਛ ਕੀਤਾ ਹੈ। ਉੱਥੇ ਜਾ ਕੇ ਵਿੰਗ ਫਾਰਮੈਲਿਟੀ ਸਭ ਕੁਛ ਕੀਤਾ ਲੇਕਿਨ ਫਾਰਮੈਲਿਟੀ ਅਦਰ ਵਰਡਸ ਦੇਖੋ ਜੇ ਤੁਸੀਂ ਵੀਡੀਓ ਦੇਖੋ ਨਾ ਉੱਥੋਂ ਦੀ ਤੁਸੀਂ ਕਹਿ ਰਹੇ ਹੋ ਦਿਲੋਂ ਨਹੀਂ ਮਿਲਿਆ ਕਮਾਲ ਦੀਆਂ ਵੀਡੀਓ ਨੇ ਬੰਦਾ ਉਹਨੂੰ ਘੁੱਟ ਕੇ ਜੱਫੀ ਪਾ ਰਿਹਾ ਥਪਥਪਾ ਰਿਹਾ ਔਰ ਜੱਫੀ ਐਨ ਵੀ ਪਾ ਕੇ ਛੱਡਤੀ ਫਾਰਮੈਲਿਟੀ ਨਾਲ ਨੰਬਰ ਇੱਕ ਨੰਬਰ ਦੋ ਇੱਕ ਵੀਡੀਓ ਹੋਰ ਜਿਹਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਸੱਦਾ ਦਿੱਤਾ ਪਿਆਰ ਨਾਲ ਸੱਦਾ ਦਿੱਤਾ ਦੋਸਤੀ ਦਾ ਸੱਦਾ ਦਿੱਤਾ ਦੋਸਤ ਇੱਕ ਵੀਡੀਓ ਦੇਖਿਆ ਹੋਊਗਾ ਕਿ ਜਦੋਂ ਇਮਰਾਨ ਖਾਨ ਦੇ ਨਾਲ ਸਿੱਧੂ ਹੋਰੇ ਖੜ੍ਹੇ ਨੇ ਤਾਂ ਸਿੱਧੂ ਜਿਵੇਂ ਬਾਦਸ਼ਾਹ ਸਲਾਮਤ ਦੇ ਦਰਬਾਰ ਦੇ ਵਿੱਚ ਆਕਾ ਦੇ ਸਾਹਮਣੇ ਕਨੀਜ਼ ਜਾਂ ਆਪਣੇ ਉਹਨਾਂ ਦੇ ਨੌਕਰ ਚਾਕਰ ਕੋਰਨਿਸ਼ ਵਜਾਉਂਦੇ ਨੇ ਤਾਂ ਸਿੱਧੂ ਵਾਰ ਵਾਰ ਐਂ ਕਰ ਰਿਹਾ ਚੁੱਕ ਚੁੱਕ ਕੇ ਅਤੇ ਇਮਰਾਨ ਖਾਨ ਦਾ ਧਿਆਨ ਨਹੀਂ ਉੱਧਰ ਵੱਲ ਸਰੋਪੇ ਪਾਏ ਜਾ ਰਹੇ ਨੇ ਜਿਹੜਾ ਸਿੱਧੂ ਹੱਥ 'ਚ ਲੈ ਕੇ ਖੜਾ ਉਹਦੇ ਵੱਲ ਕੋਈ ਧਿਆਨ ਨਹੀਂ। ਸੋ ਤੁਸੀਂ ਬੋਡੀ ਲੈਂਗੁਏਜ ਹੈ ਨਾ ਜਿਹੜੀ ਜਦੋਂ ਦੋ ਪ੍ਰਧਾਨ ਮੰਤਰੀ ਮਿਲਦੇ ਨੇ ਜਦੋਂ ਦੋ ਵੱਡੇ ਬੰਦੇ ਮਿਲਦੇ ਨੇ ਜਦੋਂ ਇੱਕ ਦੇਸ਼ ਦਾ ਨੁਮਾਇੰਦਾ ਦੂਜੇ ਦੇਸ਼ ਦੇ ਹੁਕਮਰਾਨ ਨੂੰ ਮਿਲਦਾ ਤਾਂ ਜਿਹੜੇ ਐਨਲਾਈਸਿਸ ਕਰਨ ਵਾਲੇ ਨੇ ਜਿਹੜੇ ਪੜਚੋਲ ਵਿਸ਼ਲੇਸ਼ਣ ਕਰਦੇ ਨੇ ਤੁਸੀਂ ਵੇਖਿਆ ਹੋਊਗਾ ਐਕਸਪਰਟ ਉਹ ਬੋਡੀ ਲੈਂਗੁਏਜ ਤੋਂ ਬਹੁਤ ਕੁਝ ਕੱਢ ਲੈਂਦੇ ਨੇ ਜੀ। ਸੋ ਬੋਡੀ ਲੈਂਗੁਏਜ ਕਿਸ ਤਰ੍ਹਾਂ ਦੀ ਹੈ ਤਾਂ ਫਿਰ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਸਿੱਧੂ ਉਹਨਾਂ ਨੂੰ ਦਿਲੋਂ ਨਹੀਂ ਮਿਲਿਆ? ਸਿੱਧੂ ਤਾਂ ਪੂਰੇ ਦਿਲ ਨਾਲ ਮਿਲਦਾ ਨਜ਼ਰ ਆ ਰਿਹਾ। ਜਦੋਂ ਪਹਿਲਾਂ ਰਾਜਨੀਤਿਕ ਤੌਰ ਦੇ ਉੱਤੇ ਮੋਦੀ ਸਾਹਿਬ ਗਏ ਸਨ ਉਹਨਾਂ ਦੀ ਬੋਡੀ ਲੈਂਗੁਏਜ ਸੀਗੀ ਇੱਕ ਕਾਰਪੋਰੇਟ ਲੈਵਲ ਦੇ ਬੰਦੇ ਦੀ, ਇੱਕ ਦੋ ਦੇਸ਼ ਦਾ, ਇੱਕ ਪ੍ਰਧਾਨ ਮੰਤਰੀ ਤੇ ਇੱਕ ਪ੍ਰਧਾਨ ਮੰਤਰੀ ਉਸਰਾਇਲ। ਬਿਲਕੁਲ ਬਿਲਕੁਲ, ਇਸ ਹਿਸਾਬ ਨਾਲ ਉਹਨਾਂ ਦੀ ਜਿਹੜੀ ਸੀ ਬੋਡੀ ਲੈਵਲ ਲੈਂਗੁਏਜ ਸੀਗਾ ਉਹ ਉਸੇ ਲੈਵਲ ਦਾ ਸੀਗਾ। ਇੱਥੇ ਨੁਮਾਇੰਦਾ ਨਹੀਂ ਗਿਆ ਸੀਗਾ, ਮੈਂ ਇਹਦਾ ਜਵਾਬ ਇਹੀ ਦੇਵਾਂਗਾ, ਤਾਂ ਨੁਮਾਇੰਦਾ ਨਹੀਂ ਗਿਆ ਸੀ, ਇੱਕ ਦੋਸਤ ਗਿਆ ਸੀਗਾ, ਇਸ ਕਰਕੇ ਬੋਡੀ ਲੈਂਗੁਏਜ ਡਿਫਰੈਂਟ ਸੀਗਾ ਜੀ। ਮਤਲਬ ਅਸੀਂ ਇਹਨੂੰ ਗੱਲ ਉਹ ਗੱਲ ਵੱਖਰੀ ਹੈ ਕਿ ਉਹਨਾਂ ਦੇ ਮਨ 'ਚ ਕੀ ਸੀ, ਉਹ ਕੀ ਚਾਹੁੰਦੇ ਸਨ, ਇਹ ਗੱਲਾਂ ਬਾਅਦ 'ਚ ਪਤਾ ਲੱਗੀਆਂ ਨੇ। ਸਿੱਧੂ ਸਾਹਿਬ ਨੇ ਵੀ ਸ਼ਾਇਦ ਇਹ ਗੱਲ ਕੀਤੀ ਯਾਰ ਆਪਾਂ ਕੁਛ ਐਸੀ ਕਰੀਏ ਕਿ ਇਹ ਆਪ ਸੰਨ 47 ਤੋਂ ਲੈ ਕੇ ਹੁਣ ਤੱਕ ਜੋ ਜਿਹੜੀਆਂ ਪ੍ਰੋਬਲਮ ਚੱਲਦੀਆਂ ਪਈਆਂ ਨੇ ਜਿਹਦਾ ਫਾਇਦਾ ਹੁਣ ਆਪਣਾ ਅਮੈਰੀਕਾ ਨੇ ਵੀ ਲਿਆ ਹੈ ਕਿਸੇ ਹੱਦ ਤੱਕ, ਠੀਕ ਹੈ, ਅਖਬਾਰਾਂ 'ਚ ਕਾਫੀ ਆਇਆ ਵੀ ਉਹਨੇ ਕਿਹਾ ਹਾਂਜੀ ਮੋਦੀ ਸਾਹਿਬ ਮਿਲੇ ਸਨ ਲਾਸਟ ਵੀਕ, ਉਹਨਾਂ ਨੇ ਕਿਹਾ ਵੀ ਤੁਸੀਂ ਵਿੱਚ ਪੈ ਕੇ ਦੇ ਅਤੇ ਰਾਜੀਨਾਮਾ ਕਰਾਓ। ਹਾਲਾਂਕਿ ਇਹ ਦੇਖੋ ਇਹ ਹਰ ਬੰਦਾ ਬੈਨੀਫਿਟ ਲੈ ਰਿਹਾ ਤਾਂ ਉਹਦੇ ਮਨ 'ਚ ਕੀ ਇਹ ਨਹੀਂ ਪਤਾ ਲੱਗਦਾ? ਅਤੇ ਇਹਦੇ ਵਿੱਚ ਜੋ ਬੋਡੀ ਲੈਂਗੁਏਜ ਦੀ ਗੱਲ ਹੈ, ਇੱਕ ਬੰਦਾ ਇੱਕ ਫਰੈਂਡ ਵਾਂਗੂ ਗਿਆ ਉੱਥੇ ਔਰ ਫਰੈਂਡ ਵਾਂਗੂ ਮਿਲਿਆ, ਉਹ ਮਿਲੇ ਨੇ, ਉਹਨਾਂ ਦੇ ਮਨ 'ਚ ਕੀ ਹੈ ਇਹ ਗੱਲ ਡਿਫਰੈਂਟ ਹੈ। ਡਿਫਰੈਂਟ ਹੈ, ਇਸੇ ਜਿਹੜੀ ਗੱਲ ਸੀ ਸ਼ੁਰੂ ਹੋਈ ਸੀ ਕਿ ਇੱਕ ਅਹੁਦੇ ਨੂੰ ਨਾ ਸੰਭਾਲਦੇ ਹੋਏ ਪਹਿਲਾਂ ਭਾਰਤੀ ਜਨਤਾ ਪਾਰਟੀ ਤੋਂ ਫੁਦਕ ਕੇ ਕਾਂਗਰਸ ਵਿੱਚ, ਬਿਲਕੁਲ ਕਾਂਗਰਸ ਤੋਂ। ਦੇਖੋ ਸਿੱਧੂ ਸਾਹਿਬ ਦੀ ਲੋਕ ਬੜੀ ਰਿਸਪੈਕਟ ਕਰਦੇ ਸੀ ਜੀ ਇਹਨਾਂ ਹਾਲਾਤਾਂ ਤੋਂ ਪਹਿਲਾਂ, ਹੁਣ ਵੀ ਬਹੁਤ ਸਾਰੇ ਕਰਦੇ ਹੋਣਗੇ ਪਰ ਪਹਿਲਾਂ ਬਹੁਤ ਜ਼ਿਆਦਾ ਪੂਰਾ ਹਿੰਦੁਸਤਾਨ ਹੀ ਕਰਦਾ ਸੀ ਐਜ਼ ਏ ਕ੍ਰਿਕਟਰ, ਐਜ਼ ਏ ਕਮੈਂਟਰ ਕਮੈਂਟੇਟਰ, ਉਦੋਂ ਵੀ ਇਹਨਾਂ ਦੀ ਬਹੁਤ ਜ਼ਿਆਦਾ ਰਿਸਪੈਕਟ ਔਰ ਰੈਪੂਟੇਸ਼ਨ ਬਣ ਗਈ ਸੀ। ਫਿਰ ਆ ਗਿਆ ਠੋਕੋ ਤਾਲੀ ਗੁਰੂ, ਯਾਨੀ ਕਿ ਕਾਮੇਡੀ ਸਰਕਸ। ਕਾਮੇਡੀ ਸਰਕਸ ਦੇ ਵਿੱਚ ਵੀ ਸਿੱਧੂ ਸਾਹਿਬ ਨੇ ਬੜਾ ਹੌਟ ਸੀਟ ਦੇ ਉੱਤੇ ਉੱਛਲ ਉੱਛਲ ਕੇ ਤਾੜੀਆਂ ਮਾਰੀਆਂ, ਠੁਮਕੇ ਲਾਏ, ਸ਼ੇਰੋ ਸ਼ਾਇਰੀ ਸੁਣਾਈ ਵਗੈਰਾ ਵਗੈਰਾ, ਠੀਕ ਹੈ। ਅਤੇ ਉਸ ਤੋਂ ਬਾਅਦ ਜਦੋਂ ਸਿੱਧੂ ਸਾਹਿਬ ਆ ਗਏ BJP 'ਚ ਅਤੇ ਉੱਥੇ ਤਰਾਨਾ ਗਾਇਆ ਕਿ ਨਰਮਦਾ ਮੇਂ ਬਹਿਤੇ ਹੋਏ ਤਿਨਕੇ ਕੋ ਜਿਸ ਤਰ੍ਹਾਂ ਸਹਾਰਾ ਮਿਲ ਜਾਏ ਔਰ ਉਹ ਸ਼ਿਵਲਿੰਗ ਕੇ ਉੱਪਰ ਟਿਕ ਜਾਏ ਆਕਰ, ਤੋ ਵੈਸਾ ਹੀ ਮੁਝੇ ਮੋਦੀ ਸਾਹਿਬ ਕੀ ਮੋਦੀ ਭਾਈ ਕੇ ਸ਼ਰਨ ਮੇਂ ਆਕਰ ਚਰਨੋਂ ਮੇਂ ਆਕਰ। ਬੜੇ ਕਸੀਦੇ ਨਰਿੰਦਰ ਮੋਦੀ ਬਾਰੇ, ਬਿਲਕੁਲ ਜੀ ਬਿਲਕੁਲ। ਜਦੋਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀਆਂ ਇੱਛਾਵਾਂ ਪੂਰੀਆਂ ਨਹੀਂ ਹੋਈਆਂ ਉੱਥੇ ਉਹਨਾਂ ਨੂੰ ਉਸ ਹੱਦ ਤੱਕ ਪਾਰਟੀ ਨੇ ਘਾਹ ਪਾਉਣਾ ਬੰਦ ਕਰ ਦਿੱਤਾ ਜਿਸ ਤਰ੍ਹਾਂ ਪਾਉਣਾ ਚਾਹੀਦਾ ਸੀ, ਤਾਂ ਸਿੱਧੂ ਸਾਹਿਬ ਦਾ ਮੂਡ ਹੋ ਗਿਆ ਅਪਸੈਟ। ਅਤੇ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਮੰਤਰੀ ਹੁੰਦੇ ਹੋਏ ਵੀ ਭਾਈਵਾਲੀ ਹੁੰਦੇ ਵੀ ਇਹਨਾਂ ਨੇ ਇਹਨਾਂ ਦੀ ਜਿਹੜੀ ਸ਼੍ਰੀਮਤੀ ਨੇ ਉਹਨਾਂ ਨੇ ਇਹਨਾਂ ਦੇ ਲਈ ਬਾਂਸ ਖੜਾ ਕਰਕੇ ਰੱਖਿਆ, ਇਹਨਾਂ ਦੀ ਐਸੀ ਤੈਸੀ ਪੂਰੀ ਤਰ੍ਹਾਂ ਫੇਰ ਕੇ ਰੱਖੀ ਕਿ ਇਹ ਟਿਕ ਕੇ ਨਾਰਾਜ਼ ਕਰ ਲੈਣ, ਠੀਕ ਹੈ। ਪੋਜੀਸ਼ਨ ਬੜੀ ਉਹਨਾਂ ਦੀ ਮਾੜੀ ਆਕਵਰਡ। ਉਸ ਤੋਂ ਬਾਅਦ ਹੁਣ ਕਾਂਗਰਸ ਵਿੱਚ ਆ ਗਏ ਅਤੇ ਕਾਂਗਰਸ ਦੀ ਸਟੇਜ ਦੇ ਉੱਤੋਂ ਵੀ ਇਹੀ ਡਾਇਲਾਗ ਬੋਲਿਆ ਕਿ ਜਿਸ ਤਰ੍ਹਾਂ ਨਰਮਦਾ ਮੈਂ ਬਹਿਤੇ ਹੋਏ ਤਿਨਕੇ ਕੋ ਸਹਾਰਾ ਮਿਲ ਜਾਏ ਸ਼ਿਵਲਿੰਗ ਪਿਟਕ ਜਾਏ, ਵੈਸਾ ਹੀ ਮੈਂ ਸੋਨੀਆ ਜੀ ਕੀ ਸ਼ਰਨ ਮੇਂ ਰਾਹੁਲ ਭਾਈ ਕੀ ਸ਼ਰਨ ਮੇਂ ਆਕਰ
ਔਰ ਮੇਜ਼ 'ਤੇ ਜਜ਼ਬਾਤੀ ਹੋ ਕੇ ਲਾਲ ਮੂੰਹ ਕਰਕੇ ਹੱਥ ਮਾਰ ਮਾਰ ਕੇ ਸਿੱਧੂ ਸਾਹਿਬ ਕਹਿੰਦੇ ਸੀ ਕਿ ਮੈਂ ਇਸ ਵਾਰ ਰਾਹੁਲ ਭਾਈ ਕੋ ਲਾਲ ਕਿਲੇ 'ਤੇ ਤਿਰੰਗਾ ਲਹਿਰਾ ਕੇ ਹੀ ਦਿਖਾਊਂਗਾ। ਔਰ ਬੀਜੇਪੀ 'ਚ ਇਹੀ ਭਾਈ ਰਾਹੁਲ ਜਿਹੜਾ ਸੀ ਉਹ ਚਿੱਟਾ ਲਹੂ ਬਣਿਆ ਹੋਇਆ ਸੀ ਉਹਦੇ ਵਾਸਤੇ, ਹਾਂ, ਕਿ ਇਹਨੂੰ ਹੁਣ ਮਾਰ ਦੇਣਾ ਹੈ, ਹਾਂ, ਇਹਨੂੰ ਐਂ ਕਰ ਦੇਣਾ ਹੈ, ਹਾਂ, ਰਾਹੁਲ ਐਵੇਂ ਹੈ, ਰਾਹੁਲ ਉਵੇਂ ਹੈ, ਹੁਣ ਉਹ ਹੀ ਭਾਈ ਵੀ ਬਣ ਗਿਆ। ਬਿਲਕੁਲ, ਦੇਖੋ ਕਿ ਜਿੱਥੇ ਇਹ ਕਹਿ ਰਹੇ ਸੀ ਸਿੱਧੂ ਸਾਹਿਬ ਕਿ ਮੁੰਨੀ ਸੇ ਵੀ ਜ਼ਿਆਦਾ ਬਦਨਾਮ ਹੋ ਗਈ ਹੈ ਕਾਂਗਰਸ, ਹਾਲਾਂਕਿ ਸਿੱਧੂ ਸਾਹਿਬ ਦਾ ਡਾਲਾ ਕੋਈ ਬਹੁਤਾ ਵਧੀਆ ਨਹੀਂ ਸੀ। ਬਿਲਕੁਲ, ਕਿਉਂਕਿ ਸਿੱਧੂ ਸਾਹਿਬ ਦੀ ਰਿਸ਼ਤੇਦਾਰੀ ਦੇ ਵਿੱਚ ਵੀ ਕਿਸੇ ਨਾ ਕਿਸੇ ਦਾ ਨਾਂ ਇਸ ਤਰ੍ਹਾਂ ਦਾ ਹੋਊਗਾ। ਮਤਲਬ ਸਿੱਧੂ ਸਾਹਿਬ ਨੂੰ ਤਾਂ ਚਾਹੀਦਾ ਸੀ ਕਿ ਇੱਦਾਂ ਦੇ ਗਾਣਿਆਂ ਦੇ ਬਾਰੇ, ਇੱਦਾਂ ਦੀਆਂ ਚੀਜ਼ਾਂ ਦੇ ਬਾਰੇ ਵਿਰੋਧ ਉਠਾਉਣ, ਅਤੇ ਸਿੱਧੂ ਸਾਹਿਬ ਨੂੰ ਇੱਕ ਉਸ ਨੂੰ ਇੱਕ ਆਪਣੇ ਡਾਇਲਾਗ ਦੇ ਤੌਰ 'ਤੇ ਵਰਤ ਰਹੇ ਨੇ ਕਿ ਕਾਂਗਰਸ ਮੁੰਨੀ ਸੇ ਵੀ ਜ਼ਿਆਦਾ ਬਦਨਾਮ ਹੋ ਗਈ। ਇੱਕ ਜੁਮਲਾ, ਠੀਕ ਹੈ, ਇੱਕ ਇੱਕ ਅਸੀਂ ਕਹਿ ਸਕਦੇ ਹਾਂ ਕਲਾਕਾਰੀ ਵਾਲਾ ਜੁਮਲਾ। ਉਹੀ ਫਿਰ ਮੁੰਨੀ ਬਦਨਾਮ ਦੇ ਨਾਲ ਢੋਲ ਤੇ ਨੱਚ ਰਹੇ ਸੀ ਜਦੋਂ ਦਿੱਤੇ ਸੀ, ਉਹੀ ਮੁੰਨੀ ਬਦਨਾਮ ਸੀ, ਗਿੱਧਾ ਫਿਰ ਗਿੱਧਾ ਕਿਉਂ ਪਾਇਆ, ਭੰਗੜੇ ਕਿਉਂ ਪਾਏ, ਭੰਗੜੇ ਪਾਏ, ਉਦੋਂ ਮੁੰਨੀ ਬਦਨਾਮ ਨਹੀਂ ਸੀ, ਉਹੀ ਮੁੰਨੀ ਬਦਨਾਮ, ਮੁੰਨੀ ਦੀ ਰੈਪੂਟੇਸ਼ਨ ਤੁਹਾਡੇ ਨਾਲ ਜਦੋਂ ਤੁਸੀਂ ਉਹਦੇ 'ਚ ਆਏ ਹੋ ਤਾਂ ਉਦੋਂ ਮੁੰਨੀ ਦੀ ਰੈਪੂਟੇਸ਼ਨ ਬਣ ਗਈ ਤੁਹਾਡੀ, ਉਸੇ ਮੁੰਨੀ ਬਦਨਾਮ ਦੇ ਨਾਲ ਉਂਗਲਾਂ ਨੂੰ ਥੁੱਕ ਲਾ ਲਾ ਕੇ ਢੋਲ ਦੇ ਉੱਤੇ ਨੱਚ ਰਹੇ ਹੋ ਤੁਸੀਂ, ਠੀਕ ਹੈ, ਡੁਰਰਾ, ਹੈ ਨਾ, ਲਲਕਾਰੇ ਮਾਰ ਰਹੇ ਹੋ, ਬੱਕਰੇ ਬੁਲਾ ਰਹੇ ਹੋ। ਸਰ ਸਿੱਧੂ ਸਾਹਿਬ ਨੇ ਮੁੰਨੀ ਦੀ ਵੀ ਰੈਪੂਟੇਸ਼ਨ ਬਣ ਗਈ ਹੋਣੀ ਥੋੜ੍ਹੀ ਬਹੁਤੀ। ਜੀ ਜੀ, ਨਹੀਂ ਇਹ ਤਾਂ ਗੱਲ ਠੀਕ ਹੈ, ਅਤੇ ਉਸ ਤੋਂ ਬਾਅਦ ਕੀ ਹੋਇਆ ਕਿ ਹੁਣ ਉਸੇ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਆਪਣੇ ਰਾਹੁਲ ਗਾਂਧੀ, ਅਤੇ ਉਹਨਾਂ ਦੇ ਰਾਹੀਂ ਪ੍ਰਿਅੰਕਾ ਗਾਂਧੀ ਦੇ ਰਾਹੀਂ, ਹਾਲਾਂਕਿ ਰਾਹੁਲ ਗਾਂਧੀ ਨੂੰ ਤਾਂ ਜਵਾਬ ਦਿੱਤਾ ਸੀ ਕੈਪਟਨ ਅਮਰਿੰਦਰ ਸਿੰਘ ਨੇ ਕਿ ਮੈਂ ਸਿੱਧੂ ਨੂੰ ਨਾ ਸ਼ਾਮਿਲ ਕਰੋ, ਪ੍ਰੋਬਲਮ ਕਿਹੜੀਆਂ ਹੋਣਗੀਆਂ, ਪਰ ਫਿਰ ਇਹਨਾਂ ਨੇ ਪ੍ਰਿਅੰਕਾ ਗਾਂਧੀ ਦਾ ਸਹਾਰਾ ਲੈ ਲਿਆ, ਅਤੇ ਬਾਇਆ ਪ੍ਰਿਅੰਕਾ ਗਾਂਧੀ ਪੰਜਾਬ ਦੀ ਸਿਆਸਤ ਦੇ ਵਿੱਚ ਸਿੱਧੂ ਸਾਹਿਬ ਪੈਰਾਸ਼ੂਟ ਰਾਹੀਂ ਦਾਖਲ ਹੋ ਗਏ। ਉੱਥੇ ਇਹਨਾਂ ਨੂੰ ਪੂਰੀ ਉਮੀਦ ਸੀ ਕਿ ਡਿਪਟੀ ਸੀ ਐੱਮ ਬਣਾਇਆ ਜਾਏਗਾ, ਪਰ ਕੈਪਟਨ ਅਮਰਿੰਦਰ ਸਿੰਘ ਤਾਂ ਅਮਰਿੰਦਰ ਸਿੰਘ ਨੇ, ਅਤੇ ਖੈਰ ਉਹਨਾਂ ਨੂੰ ਕਿਸੇ ਦੀ ਨਾ ਚੜ੍ਹੀ ਦੀ ਨਾ ਲੱਥੀ ਦੀ, ਉਹਨਾਂ ਦਾ ਮਹਾਰਾਜਿਆਂ ਵਾਲੀ ਗੱਲ ਹੈ, ਅਤੇ ਉਹਨਾਂ ਨੇ ਇਹਨੂੰ ਨਹੀਂ ਬਣਾਇਆ, ਉਹਨਾਂ ਨੇ ਅਹੁਦਾ ਦੇ ਕੇ ਠੀਕ ਹੈ ਤੈਨੂੰ ਇੱਕ ਡੈਜੀਗਨੇਸ਼ਨ ਦੇ ਤਾ, ਸਿਫਾਰਿਸ਼ ਹੀ ਇਸ ਲਈ। ਤਾਂ ਉਸ ਤੋਂ ਬਾਅਦ ਜਦੋਂ ਉੱਥੇ ਇੱਛਾਵਾਂ ਪੂਰੀਆਂ ਨਹੀਂ ਹੋ ਰਹੀਆਂ ਤਾਂ ਹੁਣ ਸਿੱਧੂ ਸਾਹਿਬ ਇੱਥੋਂ ਵੀ ਰਿਜ਼ਾਈਨ ਕਰ ਰਹੇ ਨੇ। ਬਿਲਕੁਲ, ਖਾਲਸਾ ਜੀ ਕੀ ਕਿਹਾ ਜਾਵੇਗਾ ਇਸ ਬਾਰੇ ਜੀ? ਬਿਲਕੁਲ, ਇਸ ਬਾਰੇ ਵੀ ਚਾਨਣਾ ਪਾਓ ਜੀ। ਬਿਲਕੁਲ, ਇਹ ਜਿਹੜਾ ਕਿਰਦਾਰ ਹੈ, ਜਿਹੜਾ ਕਰੈਕਟਰ ਉੱਭਰ ਕੇ ਸਾਹਮਣੇ ਆ ਰਿਹਾ, ਇੱਕ ਮੌਕਾ ਪ੍ਰਸਤੀ ਦਾ, ਇੱਕ ਦੋਗਲੇਪਣ ਦਾ, ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਰਾਜਨੀਤੀ ਜੋ ਹੈਗੀ ਹੈ, ਇਹ ਪਹਿਲਾਂ ਕਿਸੇ ਵੇਲੇ ਬਹੁਤ ਵੱਡੀ ਘਾਲਣਾ ਹੁੰਦੀ ਸੀ, ਵੀ ਘਾਲਣਾ ਘਾਲ ਕੇ ਬੰਦਾ ਨੇਤਾ ਬਣਿਆ, ਉਹਨੇ ਸਾਰੀ ਉਮਰ ਆਹ ਕੁਛ ਕੀਤਾ ਹੈ, ਲੋਕਾਂ ਦੇ ਅੱਖਾਂ 'ਚ ਇੱਦਾਂ ਕੁਛ ਹੋਇਆ, ਅਤੇ ਉਹ ਫਿਰ ਨੇਤਾ ਬਣਿਆ। ਬਿਲਕੁਲ, ਹੁਣ ਆ ਗਈ ਗੱਲ ਗੇਮ ਦੀ, ਹੁਣ ਰਾਜਨੀਤੀ ਇੱਕ ਗੇਮ ਰਹਿ ਗਈ, ਖੇਡ ਰਹਿ ਗਈ। ਇਹਦਾ ਉਦਾਹਰਣ ਆ ਵੀ ਕਿ ਜਿਸ ਬੰਦੇ ਨੇ ਜਿਤਨਾ ਹੀ ਨਹੀਂ ਸੀ ਅੱਜ ਇਸ ਵਾਰੀ ਉਹ ਜਿੱਤਿਆ, ਹਰ ਮੁਹੱਲੇ ਦੇ ਵਿੱਚ, ਹਰ ਸ਼ਹਿਰ ਦੇ ਵਿੱਚ, ਹਰ ਜਗ੍ਹਾ ਦੇ ਵਿੱਚ, ਹਰ ਪ੍ਰਾਂਤ ਦੇ ਵਿੱਚ ਜਿਸ ਬੰਦੇ ਨੂੰ ਰੱਜ ਕੇ ਬੁਰਾ ਕਿਹਾ ਜਾਵੇ ਉਹੀ ਜਿੱਤਿਆ, ਇਹਨੂੰ ਆਪਾਂ ਗੇਮ ਕਹਾਂਗੇ। ਜਿਹੜੀ ਤੁਸੀਂ ਗੱਲ ਕੀਤੀ ਹੁਣ ਵੀ ਸਿੱਧੂ ਸਾਹਿਬ ਬਾਰੇ ਗੱਲ ਕਰ ਰਹੇ ਹੋ, ਹਾਲਾਂਕਿ ਸਿੱਧੂ ਸਾਹਿਬ ਨਾਲ ਮੇਰਾ ਕੋਈ ਪ੍ਰੇਮ ਨਹੀਂ ਹੈਗਾ, ਮੈਂ ਤਾਂ ਇੱਕ ਸਬਜੈਕਟ ਵਾਂਗਰ ਉਹਨਾਂ ਨੂੰ ਲਿਆ ਜੋ ਆਪ ਜੀ ਗੱਲ ਕਰ ਰਹੇ, ਇੱਕ ਆਮ ਇਨਸਾਨ ਅੰਗ ਤੋਂ ਗੱਲ ਕਰ ਰਿਹਾ ਮੈਂ। ਪਿੰਡਾਂ 'ਚ ਇੱਕ ਕਹਾਵਤ ਇਹ ਕਹਿੰਦੇ, ਰਾਹ ਪਏ ਜਾਣੀਏ ਜਾਂ ਵਾਹ ਪਏ ਜਾਣੀਏ ਜੀ, ਠੀਕ ਹੈ, ਇਹਨਾਂ ਨੇ ਵੀ ਹੁਣ ਕਿਸ ਤਰੀਕੇ ਰਾਜਨੀਤੀ 'ਚ ਐਂਟਰੀ ਲੈ ਲਈ, ਹੁਣ ਵਾਹ ਪੈ ਗਿਆ, ਤੇ ਜਦੋਂ ਉਹਨਾਂ ਨੂੰ ਇਹ ਲੱਗਿਆ ਮੇਰੇ ਕੰਪੈਟੀਬਲ ਹੀ ਨਹੀਂ ਹੈਗਾ, ਉਸ ਤੋਂ ਬਾਅਦ ਇੱਜ਼ਤ ਬਚਾਉਣ ਦੇ ਮਾਰੇ ਬੰਦੇ ਨੇ ਫਿਰ ਰਿਜ਼ਾਈਨ ਕਰਤਾ। ਠੀਕ ਹੈ, ਮੈਂ ਮੰਨਦਾ ਕਿ ਇਹਦੇ ਵਿੱਚ ਕੁਝ ਐਸੇ ਸਿਧਾਂਤ ਹੁੰਦੇ ਨੇ ਰਾਜਨੀਤੀ ਦੇ ਜਿਹਦੇ ਵਿੱਚ ਖਰੇ ਉਤਰਨਾ ਜ਼ਰੂਰੀ ਹੈ। ਜੇ ਤੁਸੀਂ ਆਪਣੇ, ਮੈਂ ਇਹ ਕਹਾਂਗਾ ਕਿ ਇਹਨਾਂ ਨੇ ਉਲਟਾ ਜਿੱਥੇ ਆ ਕੇ ਜੋ ਆਪਣੀ ਇਹਨਾਂ ਦੀ ਇਮੇਜ ਸੀ ਉਹ ਵੀ ਡਾਊਨ ਕਰ ਲਈ ਹੈ। ਬਿਲਕੁਲ, ਹੁਣ ਬਾਬਾ ਜੀ ਮਤਲਬ ਇਹਨੂੰ ਉਹ ਖਿਡਾਰੀ ਹੋਣਗੇ, ਲੇਕਿਨ ਇਸ ਤੇ ਖਿਡਾਰੀ ਨਹੀਂ ਹੈਗੇ। ਖਾਲਸਾ ਜੀ, ਤੁਸੀਂ ਹੁਣ ਵੱਡਾ ਦਲ ਦੇ ਵਿੱਚੋਂ ਜੀ, ਤਰਨਾ ਦਲ ਦੇ ਵਿੱਚੋਂ, ਸੱਤ ਬੱਚਨ, ਤੁਹਾਡਾ ਵੀ ਕੋਈ ਨਾ ਕੋਈ ਬੌਸ ਹੋਊਗਾ, ਇਮੀਡੀਏਟ ਕੋਈ ਨਾ ਕੋਈ ਮੁਖੀ ਹੋਊਗਾ ਜੀ। ਬਿਲਕੁਲ, ਜੇ ਤੁਸੀਂ ਗਤਕਾ ਖੇਡਣ ਲੱਗ ਜਾਓ ਉਹਦੇ ਖਿਲਾਫ ਹੀ, ਤੇ ਉਹਦੀਆਂ ਹਦਾਇਤਾਂ, ਉਹਦੀਆਂ ਇੰਸਟਰਕਸ਼ਨਸ ਉਹਨੂੰ ਮੰਨਣ ਤੋਂ ਇਨਕਾਰ ਕਰ ਦਿਓ ਜੀ, ਤੇ ਫਿਰ ਉਹਦਾ ਤੁਹਾਡੇ ਬਾਰੇ ਰਿਐਕਸ਼ਨ ਕੀ ਹੋਏਗਾ? ਕੀ ਇਹ ਗੱਲ ਜਾਇਜ਼ ਹੋਏਗੀ? ਬਿਲਕੁਲ, ਮੈਂ ਉਹੀ ਗੱਲ ਕਰਦਾ ਕਿ ਉਹਨਾਂ ਨੂੰ ਕ੍ਰਿਕਟ ਖੇਡਣੀ ਆਉਂਦੀ ਹੈ ਜੀ, ਉਹਨਾਂ ਨੂੰ ਕੈਚਾਂ ਵੀ ਲੈਣੀਆਂ ਆਉਂਦੀਆਂ ਨੇ, ਸ਼ਾਇਦ ਵਿਕਟਾਂ ਵੀ ਉਡਾਣੀਆਂ ਆਉਂਦੀਆਂ ਹੋਣਗੀਆਂ, ਪਰ ਉਹਨਾਂ ਨੂੰ ਰਾਜਨੀਤੀ ਦੀ ਖੇਡਣੀ ਆਉਂਦੀ। ਜਿਹੜੀ ਆਪਣੀ ਵਿਕਟ ਉੱਡ ਗਈ, ਉਹ ਉਹਨਾਂ ਦੀ, ਦੇਖੋ ਅਗਰ ਜਿਹੜਾ ਪਲੇਅਰ ਹੈ ਉਹਦੇ 'ਚ ਕੋਈ ਕਮੀ ਹੈ ਤਾਂ ਹੀ ਉਹ ਆਊਟ ਹੁੰਦਾ। ਬਿਲਕੁਲ, ਜਦੋਂ ਤੁਸੀਂ ਆਪਣੇ ਇਮੀਡੀਏਟ ਬੌਸ ਨੂੰ, ਜਿਹੜਾ ਤੁਹਾਡਾ ਮੁੱਖ ਮੰਤਰੀ ਹੈ, ਜਿਹਦੇ ਤੁਸੀਂ ਅੰਡਰ ਕੈਬਨਿਟ ਦੇ ਮੰਤਰੀ ਹੋ, ਉਹਦੇ ਬਾਰੇ ਤੁਸੀਂ ਆਪਣੇ ਬਾਹਰਲੇ ਜਿਹੜੇ ਇਸ ਰਾਜ ਨੇ, ਬਾਹਰਲੇ ਸੂਬੇ ਨੇ, ਉੱਥੇ ਜਾ ਕੇ ਉਹਦਾ ਮਜ਼ਾਕ ਉਡਾਉਂਗੇ, ਉੱਥੇ ਜਾ ਕੇ ਮੀਡੀਆ ਨੂੰ ਕਹੋਗੇ ਕਿਹੜਾ ਕੈਪਟਨ, ਕੌਣ ਕੈਪਟਨ, ਠੀਕ ਹੈ, ਮੇਰੇ ਕੈਪਟਨ ਤੋਂ ਰਾਹੁਲ ਗਾਂਧੀ ਹੈ। ਤੁਸੀਂ ਦੱਸੋ ਕਿ ਇੱਕ ਦਰਵੇਸ਼ ਸਿਆਸਤਦਾਨ ਕੈਪਟਨ ਅਮਰਿੰਦਰ ਸਿੰਘ, ਉਹ ਬਹੁਤ ਵਧੀਆ ਜੇ ਦੇਖੀਏ ਸੁਲਝੇ ਹੋਏ ਔਰ ਇੱਕ ਦੇਵਤਾ ਕਿਸਮ ਦੀ ਸ਼ਖਸੀਅਤ ਨੇ, ਔਰ ਉਹਨਾਂ ਦੀ ਮਹਾਨਤਾ ਹੈ ਕਿ ਹੁਣ ਤੱਕ ਨਵਜੋਤ ਸਿੰਘ ਸਿੱਧੂ
ਨੂੰ ਉਹਨਾਂ ਨੇ ਇਸ ਦੀ ਔਕਾਤ ਨਹੀਂ ਦਿਖਾਈ, ਜਦਕਿ ਉਹ ਜੇ ਚਾਹੁੰਦੇ ਤਾਂ ਦਿਖਾ ਸਕਦੇ ਸਨ, ਪਰ ਹੁਣ ਤੱਕ ਉਹਨਾਂ ਨੇ ਇਹ ਅਸਤੀਫਾ ਵੀ ਲਾਸਟ ਵਿੱਚ ਜਦੋਂ ਸਿੱਧੂ ਨੇ ਕੋਣਾ ਮਨ ਨੂੰ ਕਹਿ ਕੇ ਪਹਿਲਾਂ ਉੱਧਰ ਭੇਜਤਾ ਠੀਕ ਹੈ ਵੀ ਕਰ ਲਓ ਜਿਹੜਾ ਮੇਰਾ ਕੁਛ ਕਰਨਾ, ਤਾਂ ਫਿਰ ਉਸ ਤੋਂ ਬਾਅਦ ਉਹਨਾਂ ਨੇ ਇੱਕ ਰੂਟੀਨ ਪ੍ਰੋਟੋਕੋਲ ਦੇ ਤਹਿਤ ਉਹ ਗਵਰਨਰ ਨੂੰ ਭੇਜਤਾ ਰਿਜ਼ਾਈਨ। ਅਦਰਵਾਈਜ਼ ਤਾਂ ਉਹਨਾਂ ਨੇ ਸਿੱਧੂ ਦੇ ਬਾਰੇ ਕੁਛ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ, ਨਹੀਂ ਕੀਤੀ ਬਿਲਕੁਲ। ਉਹਨਾਂ ਨੇ ਆਪਣੀ ਬੋਲ ਵੀ ਸਕਦੇ ਨੇ, ਕੁਛ ਵੀ ਕਰ ਸਕਦੇ ਨੇ ਜੀ। ਉਹਨਾਂ ਨੇ ਕਦੇ ਸਿੱਧੂ ਦੇ ਖਿਲਾਫ ਕੋਈ ਬਿਆਨ ਨਹੀਂ ਦਿੱਤਾ, ਬਿਲਕੁਲ ਨਹੀਂ ਦਿੱਤਾ ਕਦੀ ਵੀ। ਸਿੱਧੂ ਨੇ ਹਮੇਸ਼ਾ ਦਿੱਤਾ, ਠੋਕ ਠੋਕ ਕੇ ਦਿੱਤਾ। ਇੱਥੋਂ ਤੱਕ ਕਿ ਸਿੱਧੂ ਨੇ ਇਹ ਵੀ ਕਿਹਾ ਕਿ ਆਪਣੇ ਮੇਰੀ ਜਿਹੜੀ ਵਾਈਫ ਹੈ ਨਵਜੋਤ ਕੌਰ ਸਿੱਧੂ, ਉਹਦੀ ਜਿਹੜੀ ਟਿਕਟ ਹੈ ਚੰਡੀਗੜ੍ਹ ਦੀ, ਬਿਆਨ ਦਿੱਤਾ। ਔਰ ਇਹ ਦੇਖੋ ਤੁਸੀਂ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਤੱਕ ਕਦੀ ਨਾਰਾਜ਼ਗੀ ਵੀ ਕਦੀ ਜ਼ਾਹਰ ਨਹੀਂ ਕੀਤੀ, ਨਾਰਾਜ਼ਗੀ ਨਹੀਂ ਜ਼ਾਹਰ ਕੀਤੀ। ਵੱਡੇ ਬੰਦਿਆਂ ਦੇ ਇਹੀ ਤਾਂ ਦਿਲ ਹੁੰਦੇ ਨੇ, ਬਿਲਕੁਲ ਠੀਕ ਹੈ, ਔਰ ਛੋਟੇ ਬੰਦਿਆਂ ਦੇ ਇਹੀ ਦਿਲ ਹੁੰਦੇ ਨੇ, ਠੀਕ ਹੈ। ਇੱਕ ਤਾਨੇ ਮਿਹਣੇ ਉਸ ਸਟੇਜ ਦੇ ਉੱਤੇ ਦੇਣੇ ਜਿਹੜੀ ਕਿ ਜਿੱਥੇ ਕਿ ਤੁਹਾਡਾ ਵਕਾਰੀ ਸਵਾਲ ਹੁੰਦਾ, ਜਿੱਥੇ ਮਿਲ ਕੇ ਕੰਮ ਕਰਨਾ ਚਾਹੁੰਦੇ ਹੋ ਤੁਸੀਂ, ਚਾਹੀਦਾ ਉਸ ਸਟੇਜ ਦੇ ਉੱਤੇ ਤੁਸੀਂ ਕਹਿ ਰਹੇ ਹੋ ਕਿ ਮੇਰੀ ਘਰਵਾਲੀ ਨੂੰ ਤਾਂ ਜੀ ਟਿਕਟ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਦਿਵਾਉਣ ਦਿੱਤਾ, ਔਰ ਕੈਪਟਨ ਅਮਰਿੰਦਰ ਸਿੰਘ ਨੇ ਸਿੰਪਲ ਕਿਹਾ, ਕੋਈ ਇਹਦੇ ਬਾਰੇ ਪ੍ਰਤੀਕਰਮ ਨਹੀਂ। ਉਹਨਾਂ ਨੇ ਕਿਹਾ ਕਿ ਚੰਡੀਗੜ੍ਹ ਦਾ ਮਾਮਲਾ ਅਤੇ ਪੰਜਾਬ ਦਾ ਮਾਮਲਾ ਤਾਂ ਹੈ ਹੀ ਨਹੀਂ, ਅਤੇ ਚੰਡੀਗੜ੍ਹ ਮੇਰੇ ਤਾਂ ਹੱਥ ਬਸ 'ਚ ਹੈ ਹੀ ਨਹੀਂ, ਨਾ ਮੈਂ ਟਿਕਟ ਕਟਵਾਉਣ ਵਾਲਾ, ਨਾ ਮੈਂ ਦਿਵਾਉਣ ਵਾਲਾ, ਉਹਨਾਂ ਦਾ ਕੋਈ ਰੋਲ ਹੀ ਨਹੀਂ ਜੀ। ਕੀ ਕਹਿਣਾ ਇਹਦੇ ਬਾਰੇ ਖਾਲਸਾ ਜੀ ਤੁਹਾਡਾ, ਇਸ ਤਰ੍ਹਾਂ ਦੇ ਕਿਰਦਾਰ ਬਾਰੇ, ਇੱਦਾਂ ਦੇ ਕਰੈਕਟਰ ਬਾਰੇ? ਕੀ ਅਜਿਹੇ ਬੰਦੇ ਦਾ ਅਸਤੀਫਾ ਮਨਜ਼ੂਰ ਕਰਕੇ ਕੈਪਟਨ ਅਮਰਿੰਦਰ ਸਿੰਘ ਦੇ ਰਾਹੀਂ ਜਿਹੜਾ ਮਨਜ਼ੂਰ ਹੋਇਆ, ਕੀ ਗਲਤ ਹੋਇਆ ਜਾਂ ਠੀਕ ਹੋਇਆ? ਦੇਖੋ ਰਾਜਨੀਤੀ ਦੇ ਵਿੱਚ ਜੇ ਉਹਨਾਂ ਦਾ ਕੋਈ ਐਸੀ ਕੋਈ ਤੁਸੀਂ ਦੱਸ ਦਿਓ ਕਿ ਉਹਨਾਂ ਦਾ ਮਨਜ਼ੂਰ ਹੋਇਆ, ਇਹ ਜਿੱਦ ਤੱਕ ਹੋਇਆ ਸਹੀ ਹੋਇਆ ਜੀ, ਬਿਲਕੁਲ ਇਹ ਬਿਲਕੁਲ ਸਹੀ ਹੋਇਆ, ਕਿਉਂਕਿ ਆਪਾਂ ਬਚਪਨ 'ਚ ਸੁਣਿਆ ਨਿੱਕੇ ਨਿੱਕੇ ਹੁੰਦੇ ਵੀ ਨਾ ਮੈਂ ਖੇਡਾਂਗਾ ਨਾ ਮੈਂ ਖੇਡਣ ਦੇਵਾਂਗਾ, ਹਾਂ ਠੀਕ ਹੈ, ਕੁੱਤੇ ਜੀ ਮੁੱਤਾਂਗਾ, ਛੋਟੇ ਬੱਚਿਆਂ ਦੀ ਗੱਲ ਹੈ। ਇਹਦੇ ਵਿੱਚ ਕੀ ਹੈ ਕਿ ਕੁਛ ਐਸੇ ਡਿਸੀਜਨਸ ਜੋ ਕਿ ਰਾਜਨੀਤਿਕ ਤੌਰ ਦੇ ਉੱਤੇ ਲਏ ਜਾਣੇ ਚਾਹੀਦੇ ਨੇ ਕਿਸੇ ਪ੍ਰੋਸੈਸ 'ਚ ਪਾ ਕੇ, ਇਹ ਸਿੱਧੇ ਚੱਲੇ ਨੇ ਸਿੱਧੇ, ਮਤਲਬ ਸਿੱਧੂ ਸਿੱਧਾ ਚੱਲਿਆ, ਮਤਲਬ ਇਹਦਾ ਇਹ ਰੀਜ਼ਨ ਹੋ ਗਿਆ ਕਿ ਇਹ, ਮੈਂ ਫਿਰ ਦੁਬਾਰਾ ਕਹਿ ਰਿਹਾ ਕਿ ਰਾਜਨੀਤੀ ਇਹਨਾਂ ਦੇ ਵੱਸ ਦੀ ਨਹੀਂ ਹੈ ਜੀ। ਜ਼ਿਆਦਾ ਬੈਟਰ ਹੈ ਕਿ ਇਹ ਕੋਈ ਇੰਸਟੀਟਿਊਸ਼ਨ ਖੋਲ੍ਹ ਕੇ ਕ੍ਰਿਕਟ ਸਿਖਾਉਣ, ਜਾਂ ਕੋਈ ਆਪਣੇ ਜੋ ਚਾਹੁੰਦੇ ਨੇ ਜੋ ਕੰਮ ਕਰਦੇ ਨੇ, ਜਾਂ ਕੋਈ ਵੱਡੇ ਸਮਾਜਿਕ ਆਪਣਾ ਕੋਈ ਸੁਧਾਰਕ ਬਣ ਜਾਣ, ਡਿਫਰੈਂਟ ਹੈ। ਹੁਣ ਤੁਸੀਂ ਥੋੜ੍ਹੀ ਦੇਰ ਪਹਿਲਾਂ ਗੱਲ ਕਹੀ ਸੀ ਆਪਣਾ ਪ੍ਰਵੀਨ ਕੋਮਲ ਜੀ, ਤੁਸੀਂ ਕਿਹਾ ਸੀਗਾ ਵੀ ਇਹਨਾਂ ਦੀ ਪੈਰਾਸ਼ੂਟ ਲੈਂਡਿੰਗ ਹੋਈ ਹੈ, ਪੈਰਾਸ਼ੂਟ ਲੈਂਡਿੰਗ ਦਾ ਮਤਲਬ ਹੈ ਕਿ ਪਿਛਲਾ ਐਕਸਪੀਰੀਅੰਸ ਨਹੀਂ ਹੈਗਾ, ਨਹੀਂ। ਜਿਹੜਾ ਬੰਦਾ ਰਾਜਨੀਤੀ 'ਚ ਪੈਂਦਾ ਹੈ ਉਹ ਬੰਦਾ, ਉਹਨਾਂ ਨੂੰ ਇਹ ਸਾਰੇ ਇਹਦੇ ਰੂਲਸ, ਸੰਵਿਧਾਨ, ਸਿਧਾਂਤ, ਪੋਲਿਸੀਜ਼ ਪਤਾ ਹੁੰਦੀਆਂ ਨੇ ਕਿ ਰਾਜਨੀਤੀ 'ਚ ਕਿਵੇਂ ਕੀ ਕਰਨਾ ਹੈ। ਜਦੋਂ ਸਿੱਧਾ ਲੈਂਡ ਹੋਇਆ ਹੈ ਉਹ ਫਿਰ ਸਿੱਧਾ ਹੀ ਕੰਮ ਕਰੇਗਾ, ਸਿੱਧੇ ਕੰਮ ਕਰੇਗਾ, ਸਿੱਧਾ ਬਾਹਰ ਹੀ ਜਾਏਗਾ, ਫਿਰ ਸਿੱਧਾ ਹੀ ਬਾਹਰ, ਸਿੱਧਾ ਕੰਮ ਕਰੇਗਾ। ਰਿਐਲਿਟੀ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਇਹਨਾਂ ਦੇ ਰਾਜਨੀਤੀ ਵੱਸ ਦੀ ਗੱਲ ਨਹੀਂ ਹੈ। ਸੋ ਦੋਸਤੋ ਕੁੱਲ ਮਿਲਾ ਕੇ ਸਪਸ਼ਟ ਬੰਦੇ ਨੇ, ਲੇਕਿਨ ਰਾਜਨੀਤਿਕ ਤੌਰ ਤੇ ਇਹ ਉਸ ਲੈਵਲ ਤੇ ਨਹੀਂ ਹੈ। ਸੋ ਨਿਤਿਕਾ ਜੀ, ਅਸੀਂ ਇਹ ਕਹਿ ਸਕਦੇ ਹਾਂ ਕਿ ਕੁੱਲ ਮਿਲਾ ਕੇ ਕੈਪਟਨ ਅਮਰਿੰਦਰ ਸਿੰਘ ਨੇ ਦੋਸਤੋ ਜਿਹੜਾ ਸਿਕਸ ਰਿਹਾ ਜਾਂ ਮਾਰਿਆ ਕਿ ਸਿੱਧੂ ਦੀ ਜਿਹੜੀ ਬਾਲ ਸੀ ਉਹ ਇਸ ਵੇਲੇ ਬਾਉਂਡਰੀ ਤੋਂ ਪਾਰ ਕਰਤੀ ਹੈ, ਬਾਉਂਡਰੀ ਤੋਂ ਕੀ ਛੱਡੋ, ਪੈਵਲੀਅਨ ਤੋਂ ਵੀ ਬਾਹਰ ਕਰਤੀ ਹੈ, ਜਿੱਥੇ ਦਰਸ਼ਕ ਦੀਰਘਾ ਜਿਹਨੂੰ ਸਿੱਧੂ ਸਾਹਿਬ ਕਹਿੰਦੇ ਹੁੰਦੇ ਸੀਗੇ, ਅਤੇ ਹੈ ਨਾ, ਅਤੇ ਅਸੀਂ ਜੇ ਕਮੈਂਟਰੀ ਵਾਲੇ ਬੋਕਸ ਦੀ ਭਾਸ਼ਾ ਦੀ ਗੱਲ ਕਰੀਏ ਤਾਂ ਜਿਵੇਂ ਦੋਸਤੋ ਖਾਲਸਾ ਜੀ ਨੇ, ਗੁਰਬੀਤ ਜੀ ਨੇ ਇੱਕ ਸਲਾਹ ਦਿੱਤੀ ਹੈ ਕਿ ਕਹਿੰਦੇ ਨਹੀਂ ਕਿ ਨਾ ਖੁਦਾ ਹੀ ਮਿਲਾ ਨਾ ਵਿਸਾਲੇ ਸਨਮ, ਨਾ ਇੱਧਰ ਕੇ ਰਹੇ ਨਾ ਉੱਧਰ ਕੇ ਰਹੇ, ਤਾਂ ਇਸ ਸਥਿਤੀ ਤੋਂ ਬਚਣ ਲਈ ਜਿਵੇਂ ਖਾਲਸਾ ਜੀ ਦਾ ਸੁਝਾਅ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਇੱਕ ਕ੍ਰਿਕਟ ਦੀ ਅਕੈਡਮੀ ਖੋਲ੍ਹ ਲੈਣੀ ਚਾਹੀਦੀ ਹੈ, ਦੇਸ਼ ਦਾ ਭਲਾ ਹੋ ਜੂਗਾ, ਕਿੰਨੇ ਬੰਦੇ ਆਉਣਗੇ ਬਾਹਰ ਨਿਕਲ ਕੇ। ਮੈਨੂੰ ਇੱਕ ਸ਼ੇਰ ਯਾਦ ਆ ਰਿਹਾ ਇਸ ਮਾਮਲੇ ਤੇ, ਉਹਨਾਂ ਵਾਸਤੇ ਇਰਸ਼ਾਦ ਕਿ ਜੋ ਅਫਸਾਨਾ ਅੰਜਾਮ ਤੱਕ ਲਾਨਾ ਨਾ ਹੋ ਮੁਮਕਿਨ, ਵਾਹ ਵਾਹ ਕੀ ਬਾਤ ਹੈ, ਇੱਕ ਖੂਬਸੂਰਤ ਮੋੜ ਦੇ ਕੇ ਛੋੜਨਾ ਚਾਹੀਦਾ, ਆਹ ਹਾ ਵੋ ਅਫਸਾਨਾ, ਇਹਦੇ ਨਾਲ ਇੱਜ਼ਤਾਂ ਦੋਨਾਂ ਦੀ ਬਚੀਆਂ ਰਹਿਣਗੀਆਂ। ਵੋ ਹਾਂ ਦੋਸਤੋ, ਬੜਾ ਵਧੀਆ ਇੱਕ ਗਾਣਾ ਹੈ, ਬੜੀ ਵਧੀਆ ਫਿਲਮ ਦਾ, ਕਿ ਵੋ ਅਫਸਾਨਾ ਜਿਸੇ ਅੰਜਾਮ ਤੱਕ ਲਾਨਾ ਨਾ ਹੋ ਮੁਮਕਿਨ, ਉਸੇ ਇੱਕ ਖੂਬਸੂਰਤ ਮੋੜ ਦੇ ਕਰ ਛੋੜਨਾ ਅੱਛਾ, ਚਲੋ ਇੱਕ ਵਾਰ ਫਿਰ ਸੇ ਅਜਨਬੀ ਬਣ ਜਾਏ।